बिस्मिल्लाहिर्रहमानिर्रहीम अस्सलाम वालेकुम। तुसी देख रहे जे पाक बफलो टीवी, तो मैं तुहाडा होस्ट हाफिज़ अज़हर जट। जैसा कि तुहानू पता है कि असी मुख्तलिफ मंडियां दी भी अपडेट दे रहे हैं, जिहदे च उकाड़ा कैंबर मंडी, सर फरिश्ता, इस तों इलावा नीली ते मुख्तलिफ फार्म ते शो करवाने हैं। तो अज असी उकाड़ा कैंबर मंडी का अपडेट बना रहे हैं। उम्मीद है तुहानू जानवर पसंद आएंगे, इन्हां दा रेट, इन्हां दीआं नस्लां सारा दिखाने हैं। तो हम असं तुम एक मज दिखाने तो मालकान ये गलबात भी पूछने जी। अस्सलाम वालेकुम। वालेकुम सलाम। चाचा जी आ झोटी है पहला ना दूजा ना? पहले पहले। अच्छा जी, चौकी मूह चौकी है जी। जी दोस्तों बिल्कुल शाह काली है, अखा भी कालिया जे, सिंग ते सामने जे। किन्ने दिन सूई है जी? हाँ जी, परसों परसों सूई है जी। अडर क्वालिटी भी तुम दिखाने हैं जी, चंगे कद वाली माशाल्लाह हैगी है झोटी। ए भाई खोल के दिखाओ भाई तौर ते, मालकां को इन्हां दी सारी गलबात भी पुछांगे कि किन्ना ये बोला कर दी पई है, ते मूँह चार दिन दसते पे आ। चंगी कद वाली झोटी है जी, दोमची है जेड़े वाल सफेद है। मूह चार दिन का, परसों नहीं कहते सूई है जी। अडर क्वालिटी तुहाडे सामने सली ना तुहानू दिखाई जाएगी जी। बच्चा की है, कट्टा कट्टी? अच्छा जी, बच्चा की कट्टा के कट्टी? कट्टी है जी माशाल्लाह। ये पिछे आ जा जी, पहले झोटी मूँह चार दान का, तो मजीद जी गल मालका नाल। चलो जी आ बच्चा उठा के दिखा दता जी, कट्टी हैगी है जी माशाल्लाह, मां वर्गी है, कालिया अखा वा। लो चाचा जी माशाल्लाह, जिस तरह झोटी तुसी सोहनी दिखा छड़ी है, तो इन लिया भी ना अगे काके थोड़ा जा। ਇਹਦਾ ਹੁਣ ਮੁੱਲ ਵੀ ਸੋਹਣਾ ਆ, ਦੱਸੋ ਮੁੱਲ ਤੋਂ ਪਹਿਲੇ ਇਹਦਾ ਤੁਸੀਂ ਬੋਲਾ ਦੱਸੋ ਹੁਣ ਕਿੰਨਾ ਕਰਦੀ ਪਈ? ਦੋ ਦਿਨ ਕੋ 14 ਫਿਰ ਠੰਡਾ ਹੋ, ਯਾਨੀ ਹਜੇ 3 ਦਿਨ ਹੋਏ ਆ, ਤੀਸਰਾ ਦਿਨ ਆ ਜੀ ਠੰਡਾ 14 ਫਿਰ ਠੰਡਾ 14 ਕਿਲੋ ਠੀਕ ਆ ਜੀ। ਤਨ ਹਵਾਨੇ ਦੀ ਗਰੰਟੀ, ਹਰ ਕਿਸੇ ਦੀ ਗਰੰਟੀ 16 ਆਨੇ। ਤੇ ਇਹਦਾ ਹੁਣ ਮੁੱਲ ਵੀ ਸੋਹਣਾ ਆ, ਦੱਸੋ ਕਿ ਜਿਹੜਾ ਕੋਈ ਮੁੱਲ 10 ਲੱਖ ਰੁਪਏ, 10 ਲੱਖ ਕਰ ਦੇ ਜੀ ਮੁੱਲ। ਚਲੋ ਜੀ ਦੋਸਤੋ, ਇਹ ਮੰਡੀ ਹੈਗਾ ਤੇ ਚਾਚੇ ਨੇ 10 ਲੱਖ ਦਾ ਮੁੱਲ ਕਰ ਰਹੇ ਨੇ। ਆ ਸਕਰੀਨ ਦਾ ਨੰਬਰ ਚੱਲ ਰਿਹਾ, ਹੋਰ ਵੀ ਤੁਸੀਂ ਅਸੀਂ ਇਹਨਾਂ ਦੇ ਜਾਨਵਰ ਤੁਹਾਨੂੰ ਦਿਖਾਉਂਦੇ ਹਾਂ ਮਜ਼ੀਦ। ਅਤੇ ਜੇ ਕਿਸੇ ਦੋਸਤ ਨੂੰ ਖੁਆਇਸ਼ ਹੋਵੇ ਤਾਂ ਉਹ ਜਿਹੜਾ ਅਸੀਂ ਇਹਨਾਂ ਨਾਲ ਰਾਬਤਾ ਕਰ ਸਕਦਾ। ਉਕਾੜਾ ਕੈਮਰ ਮੰਡੀ ਚਾਹੀਦੀ ਹੈ, ਕੱਲ੍ਹ 4, 5 ਤਰੀਕ ਅਤੇ 6 ਤੱਕ ਇਹਦਾ ਬਾਜ਼ਾਰ ਹੁੰਦਾ ਜੀ ਅਕਮ ਤੋਂ ਲੈ ਕੇ, ਅਤੇ ਇਨਸ਼ਾਅੱਲਾ ਉਮੀਦ ਆ ਤੁਹਾਨੂੰ ਜਾਨਵਰ ਪਸੰਦ ਆਉਣਗੇ ਜੀ। ਹੋਰ ਦਿਖਾਓ ਕੋਈ, ਇਹ ਜੀ ਦੂਜੇ ਨੇ ਪਹਿਲਾਂ ਨੇ ਪਹਿਲਾਂ ਨਾ ਇਹ ਮੂੰਹ ਇਹ ਕਿੰਨੀ ਹੈ? ਛਿੱਗੀ ਚ ਹੋਗੀ? ਅੱਛਾ ਮੂੰਹ ਛਿੱਗੀ ਹੈ ਜੀ। ਇਹ ਵੀ ਸੂਈ ਦੀ ਹੈ ਜੀ? ਇਹ ਵੀ ਸੂਈ ਹੈ। ਕਿੰਨੇ ਦਿਨਾਂ ਦੀ ਜੀ? ਇਹਨੂੰ ਦਾ ਤੀਸਰਾ ਦਿਨ। ਅੱਛਾ ਜੀ, ਕੀ ਜਾ ਇਹਦੇ ਮਗਰ ਕੱਟਾ ਜੀ? ਇਹਦੇ ਮਗਰ ਆ ਕੱਟਾ ਜੀ ਇਹਦੇ ਮਗਰ ਛੱਡ ਕੇ ਦਿਖਾਇਆ। ਇਹ ਕਿੰਨਾ ਜੀ ਬੋਲਾ ਕਰਦੀ ਪਈ ਹੈ ਜੀ? 12 ਸਰ। ਅੱਛਾ ਜੀ, ਚਲੋ ਦਿਖਾ ਲੈਂਦੇ ਜੀ ਦੋਸਤਾਂ ਨੂੰ। ਸਿੰਘ ਵੀ ਸੋਹਣਾ ਮਾਸ਼ਾਅੱਲਾ, ਇਹਦਾ ਬੂਟੀ ਵੀ ਚੰਗੀ ਹੈ, ਪੱਛਮ ਵੀ ਵਾ ਜੀ। ਦੋਸਤੋ ਝੋਟੀ ਦੇਖ ਰਹੇ ਜੀ, ਪਹਿਲਾਂ ਹੈਗੀ ਜੀ, ਬਾਡੀ ਸਟਰਕਚਰ ਬਹੁਤ ਮਜ਼ਬੂਤ ਹੈ ਇਹਦਾ। ਅਤੇ ਜਿਹੜੇ ਦੋਸਤ ਪਹਿਲੀ ਦਫਾ ਵੇਖ ਰਹੇ ਨੇ ਮੇਰਾ ਚੈਨਲ, ਉਹਨਾਂ ਨੂੰ ਰਿਕੁਐਸਟ ਹੈ ਕਿ ਮੇਰਾ ਜਿਹੜਾ ਸਬਸਕ੍ਰਾਈਬ ਕਰ ਦੇਣ, ਚੈਨਲ 'ਤੇ ਲਾਈਕ ਸ਼ੇਅਰ ਕਰ ਦੇਣ। ਅਡਰ ਕੁਆਲਿਟੀ ਦੇਖ ਸਕਦੇ ਜੀ, ਸੋਹਣਾ ਥਣ ਲੱਗਿਆ ਦਾ ਜੀ। ਆ ਜਾ ਵਾ ਜੀ ਇਹਦੇ ਮਗਰ ਜੀ। ਚਾਚਾ ਜੀ ਇਹਦੇ ਬਾਰੇ ਦੱਸੋ, ਇਹਦੀ ਗੱਲਬਾਤ ਕੀ? ਇਹਦਾ ਇਹਦਾ 5.5 ਲੱਖ ਰੁਪਈਆ, ਇਹਦਾ 5.5 ਲੱਖ ਡਿਮਾਂਡ ਕਰ ਰਹੇ ਜੇ। ਠੀਕ ਹੋ ਗਿਆ। ਅਤੇ ਮਲਕ ਲਿਆਕਤ ਸਾਹਿਬ ਜੀ, ਇਹਨਾਂ ਦਾ ਨੰਬਰ ਤੁਹਾਨੂੰ ਦੇ ਦਿੰਦੇ ਹਾਂ ਜੀ। ਅਤੇ ਹੋਰ ਦਿਖਾਓ ਜੀ ਜਾਨਵਰ। ਆ ਝੋਟੀ ਜੀ, ਇਹ ਵੀ ਸੂਈ ਦੀ ਹੈ? ਇਹ ਮੂੰਹ ਕਿੰਨੀ ਕੁ ਹੈ ਜੀ? ਜਵਾਨ ਜਵਾਨ ਹੀ ਹੈ।
ਬੱਚਾ ਕੀ ਇਹਦੇ ਪਿੱਛੇ ਜੀ? ਕੱਟਾ ਕੱਟੀ ਹੈ ਜੀ, ਕੱਟੀ ਆ ਜੀ। ਠੀਕ ਆ ਜੀ, ਤੇ ਇਹ ਕਿੰਨੇ ਦਿਨਾਂ ਦੀ ਸੂਈ ਆ ਜੀ? ਇਹ ਸੂਈ 4-5 ਦਿਨ। ਅੱਛਾ ਦੋਸਤੋ, ਸਾਡਾ ਕੰਮ ਆ ਕਿ ਤੁਹਾਨੂੰ ਜਿਹੜਾ ਸ਼ੋਅ ਕਰਵਾ ਦੇਣਾ, ਮੰਡੀਆਂ ਦੀ ਵੀ ਅਪਡੇਟ ਦੇ ਦੇਣੀ, ਫਾਰਮਾਂ ਦੀ ਵੀ ਦਿਖਾ ਦੇਣੀ। ਬਾਕੀ ਬੰਦੇ ਜਿਹੜੇ ਮੰਡੀਆਂ ਆਉਂਦੇ ਨੇ ਉਹ ਇਹ ਗੱਲ ਸਮਝਦੇ ਆ ਕਿ ਰੇਟ ਜਿਹੜੇ ਮੰਡੀ ਦੇ ਕਿਸ ਤਰ੍ਹਾਂ ਡਿਮਾਂਡ ਕਰਦੇ ਨੇ, ਅਤੇ ਬਾਕੀ ਬਾਰਗੇਨਿੰਗ ਹੋ ਜਾਂਦੀ ਹੈ, ਥੋੜ੍ਹੀ ਝੋਟੀ ਡਰਦੀ ਆ। ਬਹਰਹਾਲ ਮੈਂ ਦਿਖਾਉਂਦਾ ਇਹਦੀ ਐਡਰ ਕੁਆਲਿਟੀ ਵੀ ਕਾਕੇ ਤੋ ਰਿਹਾ ਇਹਨੂੰ ਖੋਲ੍ਹ ਕੇ। ਇਹ ਦੇਖ ਪੈਰ 'ਚ ਦੋਨੋਂ ਕੜੇ ਕੀਤੇ ਦੇ ਆ। ਮਾਸ਼ਾਅੱਲਾ ਸੋਹਣੀ ਝੋਟੀ ਹੈ ਜੀ। ਸਲੀ ਨੇ ਤੁਹਾਨੂੰ ਦਿਖਾਈ ਜਾ ਰਹੀ ਹੈ। ਤੇ ਚਾਚਾ ਜੀ ਇਹਦੀ ਵੀ ਗੱਲਬਾਤ ਦੱਸੋ ਜੀ, ਕੀ ਇਹਦਾ ਦੁੱਧ ਸ਼ੁੱਧ ਕਿੰਨਾ? ਦੁੱਧ 14 ਸਿਰ ਕੋਲ ਠੰਡਾ। ਅੱਛਾ ਜੀ, ਕਿੰਨੇ ਦਿਨਾਂ ਦੀ ਸੂਈ ਹੈ? ਸੂਈ 4-5 ਦਿਨਾਂ ਦੀ। 4-5 ਦਿਨਾਂ ਦੀ ਸੂਈ ਦੀ ਆ। ਆਰਡਰ ਕੁਆਲਿਟੀ ਜਿਹੜਾ ਇਹਦਾ ਥਾਂ ਨਵਾਣੇ ਦੀ ਗਰੰਟੀ ਜੀ, ਜਿਸ ਤਰ੍ਹਾਂ ਚੈੱਕ ਕਰਕੇ ਦੇਣਗੇ। ਅਤੇ ਬਾਕੀ ਇਹਦਾ ਹੁਣ ਮੁੱਲ ਕੀ ਕਰਦੇ ਜੀ? 5 ਲੱਖ। 5 ਲੱਖ ਡਿਮਾਂਡ ਕਰਦੇ ਪਏ ਆ ਜੀ। ਅਤੇ ਬਾਕੀ ਮਜ਼ੀਦ ਮੌਕੇ ਦੇ ਉੱਤੇ ਕੋਈ ਦੋਸਤ ਆਵੇ ਤਾਂ ਹੋ ਸਕਦਾ ਜੀ ਹਾਂ ਘੱਟ ਆਏ। ਉਕਾੜਾ ਗੈਂਬਰ ਮੰਡੀ ਵਿੱਚ ਬਿਲਕੁਲ ਸਟਾਰਟ 'ਤੇ ਜੇ ਦੇਖ ਸਕੋ ਤਾਂ ਆਹ ਜਿਹੜਾ ਮੰਡੀ ਦੇ ਦਫ਼ਤਰ ਨੇ, ਦਫ਼ਤਰ ਅਤੇ ਆਹ ਦਫ਼ਤਰ ਆ, ਅਤੇ ਦਫ਼ਤਰ ਦੇ ਸਾਹਮਣੇ ਪਹਿਲਾ ਕੈਂਪ ਆ। ਆਹ ਸਾਡੇ ਜੀ ਬਜ਼ੁਰਗ ਨੇ ਇਹ ਮਾਲ ਲੈ ਕੇ ਆਉਂਦੇ ਮਾਮੂ ਕਾਂਜਨ ਤੋਂ, ਅਤੇ ਹੁਣ ਤੁਹਾਨੂੰ ਅਸੀਂ ਮਜ਼ੀਦ ਦਿਖਾ ਦਿੰਦੇ ਹਾਂ ਜੀ। ਇਹ ਵੀ ਪਹਿਲਾਂ ਨਾ? ਪਹਿਲਾਂ। ਅੱਛਾ, ਇਹ ਵੀ ਸੂਈ ਹੋਈ ਹੈ ਜੀ? ਕਿੰਨੇ ਕੁ ਦਿਨਾਂ ਦੀ ਸੂਈ ਹੈ? ਸੂਈ 4-5 ਦਿਨਾਂ। 4-5 ਦਿਨਾਂ ਦੀ ਜਾ ਇਹਦਾ ਕੀ ਆ? ਕੱਟਾ ਕੱਟੀ ਕੱਟਾ ਜੀ। ਲਓ ਜੀ ਆਹ ਇਹਦਾ ਜਾ ਵਾ, ਪਹਿਲਾਂ ਝੋਟੀ ਆ ਅਤੇ ਕੱਟਾ, ਅਤੇ ਇਹਦੇ ਤੁਹਾਨੂੰ ਮੈਂ ਕੋਸ਼ਿਸ਼ ਕਰਕੇ ਦਿਖਾਉਂਦਾ ਜੀ। ਸੋਹਣੇ ਥਾਨਾ ਵਿਹਲਾ ਖੋਲ ਹਾਂ ਕਰਕੇ ਇਹਨੂੰ। ਸਕਰੀਨ ਦੇ ਨੰਬਰ ਚੱਲ ਰਿਹਾ ਜੇ, ਅਤੇ ਜੇ ਕੋਈ ਦੋਸਤ ਖੁਆਇਸ਼ਮੰਦ ਹੋਵੇ ਉਹ ਮੰਡੀ ਆਣ ਕੇ ਵਿਜ਼ਿਟ ਵੀ ਕਰ ਸਕਦਾ ਵਾ, ਇਹਨੂੰ ਦੇਖ ਵੀ ਸਕਦਾ। ਮੰਡੀ ਦਾ ਮਾਲ ਹੈ ਜੀ, ਅਤੇ ਜੋ ਮੰਡੀ ਦਾ ਤਰੀਕਾਕਾਰ ਹੈ ਮੌਕੇ 'ਤੇ ਆਣ ਕੇ ਸੌਦਾ ਕਰਕੇ ਚੈੱਕ ਕਰਕੇ ਤੁਸੀਂ ਲੈ ਸਕਦੇ ਜੇ। ਅਤੇ ਸਾਡਾ ਕੰਮ ਆ ਤੁਹਾਨੂੰ ਜਾਨਵਰ ਦਿਖਾਉਣਾ, ਇੱਕ ਤੁਹਾਡਾ ਜ਼ੇਨ ਜਾਂ ਆਈਡੀਆ ਬਣਾਉਣਾ, ਬਾਕੀ ਤਾਂ ਫਿਰ ਜਿਹਨੇ ਆਉਣਾ ਮੰਡੀ ਖਰੀਦ ਕਰਨੀ ਆ ਜਾਂ ਸਾਰੇ ਬੰਦਿਆਂ ਨੂੰ ਨਾਲੇਜ ਹੁੰਦਾ ਇਸ ਚੀਜ਼ ਦਾ ਰੇਟ ਦੇ ਉੱਤੇ, ਅਤੇ ਹੋ ਜਾਂਦਾ ਵਾਧਾ ਘਾਟਾ, ਬਾਰਗੇਨਿੰਗ ਹੋ ਜਾਂਦੀ ਹੈ। ਅੱਛਾ ਜੀ, ਇਹਦਾ ਦੱਸੋ ਦੁੱਧ ਸ਼ੁੱਧ ਕਿੰਨਾ? ਦੇਖੋ ਦੁੱਧ 16 ਸਰ। 16 ਕਰਦੀ ਹੈ ਜੀ? ਸਹੀ, ਅਤੇ ਕੀ ਡਿਮਾਂਡ ਹੈ? 4.5। 4.5 ਕਰ ਦਿੰਦੇ, ਚਲੋ ਠੀਕ ਹੈ ਜੀ। ਅਤੇ ਆਹ ਹੁਣ ਜੀ ਝੋਟੀ ਹੈ ਜੀ ਕਿ ਪਹਿਲਾਂ ਦੂਜਾ ਨਾ? ਇਹ ਵੀ ਪਹਿਲਾਂ ਨਾ ਜੀ? ਜੀ, ਇਹ ਵੀ ਸੂਈ ਹੋਈ ਜੀ? ਇਹ ਅੱਛਾ ਸੋਹਣਾ, ਇਹਨੇ 8 ਕੁ ਦਿਨ ਕੱਢਦੀ ਹੈ ਜੀ, ਇਹ ਦਿਖਾਉਂਦੇ ਹਾਂ ਤੁਹਾਨੂੰ। ਖੜੀ ਰਹਿਣ ਦੋ, ਇਸ ਆਹ ਪਹਿਲਾਂ ਝੋਟੀ ਹੈ ਜੀ, ਸੂਣ ਨੂੰ ਬਿਲਕੁਲ ਤਿਆਰ ਆ, 8 ਕੁ ਦਿਨ ਲੈਂਦੀ ਹੈ। ਇਹਨੂੰ ਦਿਖਾਉਂਦੇ ਹਾਂ ਜੀ ਖੋਲ੍ਹ ਕੇ, ਤੋਰ ਕੇ ਤੋਰੋ ਹਾਂ ਜੀ ਇੱਧਰ ਨੂੰ ਇਹਨੂੰ ਥੋੜ੍ਹਾ ਜਿਹਾ। ਇਹ ਚਾਚਾ ਜੀ ਦੱਸ ਸਕਦੇ ਹੋ ਮੂੰਹ ਕਿੰਨੀ ਹੈ? ਜਵਾਨ ਆ ਜੀ, ਯਾਨੀ ਆਮ ਬੰਦੇ ਜਵਾਨ ਕੀ ਆ? ਫੁੱਲ ਯਾਨੀ ਜਵਾਨ ਜਿਹੜੇ ਹੁੰਦੇ, ਦੰਦ ਪੂਰੇ ਹੁੰਦੇ ਆ, ਪੂਰੇ ਦੰਦ ਹੁੰਦੇ ਆ। ਠੀਕ ਹੈ ਜੀ, ਉਹ ਨਵੇਂ ਬੰਦੇ ਵੀ ਵੇਖਣ ਵਾਲੇ ਹੁੰਦੇ ਆ, ਅਤੇ ਹਰ ਬੰਦੇ ਨੂੰ ਐਡਾ ਆਈਡੀਆ ਨਹੀਂ ਹੁੰਦਾ, ਦੰਦ ਦੀ ਚੌਕੀ ਦਾ ਤਾਂ ਪਤਾ ਲੱਗ ਜਾਂਦਾ ਜੀ। ਦੋਸਤੋ ਦੇਖ ਸਕਦੇ ਜੀ ਤੁਸੀਂ। ਚਾਚਾ ਜੀ ਇਹਦਾ ਵੀ ਦੱਸੋ ਮੁੱਲ, ਕੋਈ ਪਿਆਰ ਮੁਹੱਬਤ ਵਾਲਾ ਪੱਕਾ ਆ? 7 ਲੱਖ ਰੁਪਈਆ ਇਹਦਾ 7 ਡਿਮਾਂਡ ਕਰਦੇ ਜੇ। ਚਲੋ ਅੱਲਾ। ਹੋਰ ਜੀ ਦਿਖਾਓਗੇ ਹੋਰ ਜਾਨਵਰ? ਚਲੋ ਠੀਕ ਆ ਜੀ, ਮਜ਼ੀਦ ਵੀਡੀਓ ਕਾਫੀ ਲੰਬੀ ਹੋ ਗਈ ਆ ਜੀ, ਅਤੇ ਜੇ ਕੋਈ ਦੋਸਤ ਖੁਆਇਸ਼ਮੰਦ ਹੋਵੇ ਤਾਂ ਉਹ ਕਾੜਾ ਕੈਬਰ ਮੰਡੀ ਵਿਜ਼ਿਟ ਕਰ ਸਕਦਾ ਵਾ। ਅਤੇ ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਵਾਂਗੇ, ਅੱਲਾਹ ਤਾਲਾ ਤੁਹਾਡਾ ਅਤੇ ਮੇਰਾ ਹਾਮੀ ਨਾਸਰ ਹੋ।
पाकिस्तान जिंदाबाद।